ਹਾਲ ਜੀ, ਸਵਾਗਤ ਹੈ ਜੀ ਤੁਹਾਡਾ ਆਲ ਟਾਈਮ ਲਰਨਰ ਉੱਪਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਦੀ ਇੱਕ ਅਜਿਹੀ ਕਹਾਣੀਕਾਰ ਦੇ ਬਾਰੇ ਪੜ੍ਹਾਂਗੇ ਜਿਸਨੇ ਔਰਤਾਂ ਦੀ ਸੰਵੇਦਨਾ ਨੂੰ ਆਪਣੀਆਂ ਕਹਾਣੀਆਂ ਦੇ ਰਾਹੀਂ ਪੇਸ਼ ਕਰਨ ਦੇ ਯਤਨ ਕੀਤੇ ਨੇ। ਅੱਜ ਅਸੀਂ ਅਜੀਤ ਕੌਰ ਦੀ ਦੇ ਬਾਰੇ ਪੜ੍ਹਾਂਗੇ। ਪੰਜਾਬੀ ਕਹਾਣੀ ਜਗਤ ਦੇ ਵਿੱਚ ਅਜੀਤ ਕੌਰ ਇੱਕ ਬਹੁਤ ਚਰਚਿਤ ਕਹਾਣੀਕਾਰ ਦੇ ਤੌਰ 'ਤੇ ਜਾਣੀ ਜਾਂਦੀ ਹੈ ਅਤੇ ਉਸਦਾ ਜਨਮ ਸੀ ਜਿਹੜਾ 16 ਨਵੰਬਰ 1934 ਨੂੰ ਲਾਹੌਰ ਦੇ ਵਿੱਚ ਸਰਦਾਰ ਮੱਖਣ ਸਿੰਘ ਬਜਾਜ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਉਹ ਆਪਣੀ ਜਿਹੜੀ ਮੁੱਢਲੀ ਸਿੱਖਿਆ ਸੀ ਸੈਕਰਡ ਹਾਰਟ ਸਕੂਲ ਲਾਹੌਰ ਤੋਂ ਪ੍ਰਾਪਤ ਕਰਦੇ ਨੇ ਅਤੇ ਇਸ ਤੋਂ ਬਾਅਦ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ ਅਤੇ ਅਜੇ ਉਹ 10ਵੀਂ ਜਮਾਤ ਦੇ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਉਸਨੂੰ ਆਪਣੇ ਪਰਿਵਾਰ ਨਾਲ ਸ਼ਿਮਲਿਆ ਕੇ ਰਹਿਣਾ ਪਿਆ। ਯਾਨੀ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨੂੰ ਦੇਸ਼ ਵੰਡ ਦਾ ਦੁਖਾਂਤ ਦੇਖਣਾ ਪਿਆ ਅਤੇ ਉਸ ਉਹਨਾਂ ਹਾਲਾਤਾਂ ਨੂੰ ਝੇਲਣਾ ਪਿਆ ਅਤੇ ਉਸੇ ਕਾਰਨ ਉਹਨਾਂ ਨੂੰ ਆਪਣਾ ਜਿਹੜਾ ਲਾਹੌਰ ਤੋਂ ਸ਼ਿਮਲੇ ਵੱਲ ਨੂੰ ਉਜਰਤ ਕਰਨੀ ਪੈਂਦੀ ਹੈਗੀ ਅਤੇ 1948 ਦੇ ਵਿੱਚ ਦਿੱਲੀ ਰਹਿ ਕੇ ਅਜੀਤ ਕੌਰ MA ਅਰਥ ਸ਼ਾਸਤਰ ਅਤੇ ਫਿਰ BED ਪਾਸ ਕਰਦੇ ਨੇ। ਉਹਨਾਂ ਦਾ ਝੁਕਾਅ ਸੀ ਸਾਹਿਤ ਵੱਲ ਸੀਗਾ ਅਤੇ ਇਸੇ ਕਰਕੇ ਉਸਨੇ ਉਰਦੂ ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ ਅਤੇ 1952 ਵਿੱਚ ਅਜੀਤ ਕੌਰ ਦਾ ਵਿਆਹ ਸੀ ਜਿਹੜਾ ਡਾਕਟਰ ਰਜਿੰਦਰ ਸਿੰਘ ਦੇ ਨਾਲ ਹੋ ਗਿਆ ਸੀ। ਉਹਨਾਂ ਦੇ ਘਰ 2 ਬੇਟੀਆਂ ਦਾ ਜਨਮ ਹੁੰਦਾ ਗਾ, ਅਰਪਣਾ ਅਤੇ ਕੈਂਡੀ। ਅਤੇ ਅਜੀਤ ਕੌਰ ਦਾ ਜਿਹੜਾ ਵਿਆਹਤਾ ਜੀਵਨ ਸੀ ਬਹੁਤਾ ਚਿਰ ਕਾਇਮ ਨਾ ਰਿਹਾ ਅਤੇ ਉਸਦੀਆਂ ਆਪਣੇ ਪਤੀ ਨਾਲ ਅਣਬਣ ਹੋ ਗਈ। ਉਹ ਆਪਣੀਆਂ ਦੋਹਾਂ ਬੇਟੀਆਂ ਨੂੰ ਲੈ ਕੇ ਅਲੱਗ ਰਹਿਣ ਲੱਗ ਪਈ। ਘਰ ਦਾ ਗੁਜ਼ਾਰਾ ਚਲਾਉਣ ਲਈ ਉਸਨੇ ਅਖਬਾਰਾਂ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਇਸਦੇ ਨਾਲ ਹੀ ਉਹ ਸਰਕਾਰੀ ਅਧਿਆਪਕਾ ਦੇ ਤੌਰ 'ਤੇ ਵੀ ਸਕੂਲ ਦੇ ਵਿੱਚ ਨੌਕਰੀ ਕਰਨ ਲੱਗੇ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲੱਗੇ। ਅਤੇ ਅਜੀਤ ਕੌਰ ਕਹਾਣੀਕਾਰ ਦੇ ਤੌਰ 'ਤੇ ਉਹਨਾਂ ਦੀ ਗੱਲ ਕਰੀਏ ਤਾਂ ਇੱਕ ਮੁਲਾਕਾਤ 1948 ਦੇ ਵਿੱਚ 48 ਦੇ ਅੰਤ ਵਿੱਚ ਲਿਖੀ ਸੀ ਜਦੋਂ ਉਹ ਅਜੇ BA ਕਰ ਰਹੀ ਸੀ, ਉਦੋਂ ਉਹਨਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸੇ ਨਾਲ ਹੀ ਗੁਲਬਾਨੋ ਉਸਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਜੋ ਕਿ 1963 ਦੇ ਵਿੱਚ ਛਪਿਆ ਅਤੇ ਇਸ ਨੂੰ ਪੰਜਾਬ ਸਰਕਾਰ ਨੇ ਵੀ ਸਨਮਾਨਿਤ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਦੇ ਕਈ ਹੋਰ ਕਹਾਣੀ ਸੰਗ੍ਰਹਿ ਵੀ ਉਹ ਲਿਖਦੇ ਨੇ। ਉਹਨਾਂ ਦਾ ਜੀਵਨ ਪ੍ਰਤੀ ਜਿਹੜਾ ਇੱਕ ਵਿਸ਼ਾਲ ਅਤੇ ਖੁੱਲ੍ਹਾ ਨਜ਼ਰੀਆ ਸੀ। ਇਸਦਾ ਕਾਰਨ ਸੀ ਕਿ ਉਸਨੇ ਯੂਰਪ ਅਤੇ ਏਸ਼ੀਆ ਦੇ ਕਈ ਮੁਲਕਾਂ ਦੇ ਵਿੱਚ ਘੁੰਮੇ ਹੋਏ ਸੀ ਅਜੀਤ ਕੌਰ ਜੀ। ਉਸ ਉੱਪਰ ਪੂਰਬੀ ਅਤੇ ਪੱਛਮੀ ਸਾਹਿਤ ਦਾ ਅਧਿਐਨ ਕਰਨ ਕਰਕੇ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਅਗਾਂਹ ਵਧੂ ਕਹਾਣੀਕਾਰ ਦੇ ਤੌਰ 'ਤੇ ਉਹ ਸਥਾਪਿਤ ਹੋ ਚੁੱਕੇ ਨੇ। ਇਸੇ ਨਾਲ ਹੀ ਅਜੀਤ ਕੌਰ ਜਿਹੜਾ ਨਾਰੀਵਾਦ ਬਾਰੇ ਉਹਨਾਂ ਦਾ ਖਿਆਲ ਆ ਕਿ ਨਾਰੀਵਾਦ ਬਾਰੇ ਕਹਿੰਦੇ ਨੇ ਕਿ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ ਮਰਦਾਂ ਦੇ ਵਿਰੁੱਧ ਹੋਣਾ ਹੀ ਇਸਦਾ ਮਤਲਬ ਨਹੀਂ ਹੈ। ਇਹ ਉਹਨਾਂ ਦੇ ਵਿਚਾਰ ਸੀਗੇ ਨਾਰੀਵਾਦ ਦੇ ਸੰਦਰਭ ਦੇ ਵਿੱਚ। ਅਤੇ ਅਜੀਤ ਕੌਰ ਨੇ ਇਸਤਰੀ ਦੀ ਸਮਾਜਿਕ ਸਥਿਤੀ ਅਤੇ ਦੱਬੇ ਕੁਚਲੇ ਅਰਮਾਨਾਂ ਨੂੰ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ। ਉਹ ਆਪਣੀਆਂ ਕਹਾਣੀਆਂ ਦਾ ਜਿਹੜਾ ਆਧਾਰ ਹੈ ਇਸਤਰੀਆਂ ਦੀ ਸਮਾਜਿਕ ਸਥਿਤੀ ਦੇ ਦੱਬੇ ਕੁਚਲੇ ਅਰਮਾਨਾਂ ਨੂੰ ਪੇਸ਼ ਕਰਦੇ ਨੇ ਅਤੇ ਉਸਦੀਆਂ ਵਧੇਰੇ ਕਹਾਣੀਆਂ ਨੇ ਜਿਹੜੀਆਂ ਇਸਤਰੀ ਮਰਦ ਦੇ ਰਿਸ਼ਤੇ ਨਾਲ ਸੰਬੰਧਿਤ ਨੇ। ਉਹ ਸੈਕਸ ਨੂੰ ਜ਼ਿੰਦਗੀ ਦਾ ਧੁਰਾ ਮੰਨਦੀ ਹੋਈ ਸਾਹਿਤ ਵਿੱਚ ਇਸ ਦੇ ਪ੍ਰਗਟਾਅ ਤੋਂ ਗੁਰੇਜ਼ ਨਹੀਂ ਕਰਦੀ, ਸਗੋਂ ਉਸਦੀਆਂ ਕਹਾਣੀਆਂ ਵਿੱਚ ਔਰਤ ਮਰਦ ਦੇ ਰਿਸ਼ਤੇ ਵਰਜਿਤ ਰਿਸ਼ਤਿਆਂ ਅਧੀਨ ਪੇਸ਼ ਹੋਏ ਨੇ ਅਤੇ ਉਸਦੀ ਪਛਾਣ ਆ ਜਿਹੜੀ ਪੰਜਾਬੀ ਕਹਾਣੀ ਜਗਤ ਦੇ ਵਿੱਚ ਇੱਕ ਯਥਾਰਥਵਾਦੀ ਕਹਾਣੀਕਾਰ ਦੇ ਤੌਰ 'ਤੇ ਹੈ। ਉਹ ਆਪਣੀਆਂ ਕਹਾਣੀਆਂ ਦੇ ਵਿੱਚ ਔਰਤ ਦੀ ਹੋਂਦ 'ਤੇ ਫੋਕਸ ਕਰਦੀ ਹੈ ਅਤੇ ਔਰਤ ਦੇ ਪਰੰਪਰਾਗਤ ਰੂਪਾਂ ਦੀ ਥਾਂ ਨਵੇਂ ਰੂਪਾਂ ਨੂੰ ਚਿਤਰਦੀ ਹੈ। ਉਹ ਔਰਤ ਦੀ ਹੋਂਦ ਵਿਆਹ ਪਿਆਰ ਸ੍ਰੀ ਕ੍ਰਿਸ਼ਤੀਆਂ ਦੇ ਨਵੇਂ ਪ੍ਰਤੀਮਾਨ ਸਿਰਜਦੀ ਹੈ। ਇਸ ਤੋਂ ਇਲਾਵਾ ਉਸਨੂੰ ਆਪਣੀਆਂ ਕਹਾਣੀਆਂ ਵਿੱਚ ਸਮਾਜਿਕ ਰਾਜਨੀਤਿਕ ਆਰਥਿਕ ਢਾਂਚੇ ਦਾ ਵੀ ਵਰਣਨ ਕੀਤਾ ਅਤੇ ਇਹਨਾਂ ਵਿੱਚ ਫਸਿਆ ਮਨੁੱਖ ਕਿਵੇਂ ਵਾਰ ਵਾਰ ਟੁੱਟਦਾ ਗਾ ਇਸ ਗੱਲ ਦਾ ਵੀ ਜ਼ਿਕਰ ਉਹਨਾਂ ਨੇ ਕਹਾਣੀਆਂ ਦੇ ਵਿੱਚ ਕੀਤਾ ਅਤੇ ਕਹਾਣੀ ਦੀ ਉਸਾਰੀ ਲਈ ਉਹ ਕੇਂਦਰੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੀ ਹੈ ਕੇਂਦਰੀ ਪੰਜਾਬੀ ਭਾਸ਼ਾ ਨੂੰ ਵਰਤੋਂ ਕਰਦੇ ਨੇ ਅਤੇ ਕਿਤੇ ਕਿਤੇ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਮਿਲਦੀ ਹੈ। ਉਹ ਆਪਣੇ ਪਾਤਰਾਂ ਦੇ ਜਜ਼ਬਾਤਾਂ ਅਤੇ ਅਰਮਾਨਾਂ ਨੂੰ ਯਥਾਰਥ ਰੰਗਣ ਵਿੱਚ ਪੇਸ਼ ਕਰਨ ਦੇ ਯਤਨ ਕਰਦੀ ਹੈ ਅਤੇ ਅਜੀਤ ਕੌਰ ਨੇ ਦਿੱਲੀ ਦੇ ਵਿੱਚ ਇੱਕ ਅਕਾਡਮੀ ਆਫ ਫਾਈਨ ਆਰਟਸ ਐਂਡ ਲਿਟਰੇਚਰ ਸਥਾਪਿਤ ਕੀਤੀ ਹੈ ਜੋ ਕਿ ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਪ੍ਰੇਰਣਾ ਅਤੇ ਚਾਨਣ ਮੁਨਾਰਾ ਸਿੱਧ ਹੋਈ ਹੈ ਅਤੇ ਉਹਨਾਂ ਦੀ ਜਿਹੜੀ ਆਤਮ ਕਥਾ ਖਾਣਾ ਬਦੋਸ਼ ਦਾ ਕਈ ਦੇਸੀ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਚੁੱਕਿਆ ਅਤੇ ਹੁਣ ਵੀ ਆਪ ਨੂੰ ਖਾਣਾ ਬਦੋਸ਼ ਹੀ ਮੰਨਦੀ ਹੈ।
ਤੇ ਅੰਗਰੇਜ਼ੀ ਵਿੱਚ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਡੈਡ ਐਂਡ ਚਰਚਿਤ ਰਿਹਾ ਹੈ ਅਤੇ ਉਸ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਜਿਵੇਂ ਪੋਸਟਮਾਰਟਮ ਖਾਨਾ ਬਦੋਸ਼ ਗੌਰੀ ਕਸਾਈਵਾੜਾ ਕੂੜਾ ਕਬਾੜਾ ਅਤੇ ਕਾਲੇ ਕੂੰ ਹਿੰਦੀ ਅਨੁਵਾਦ ਵਿੱਚ ਵੀ ਮਿਲਦੀਆਂ ਨੇ। ਉਸ ਦੀਆਂ 7 ਕਿਤਾਬਾਂ ਨੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਨੇ ਨਾ ਮਾਰੋ ਅਤੇ ਟੀਵੀ ਨਾ ਮਾਰੋ ਉੱਤੇ ਜਿਹੜੀਆਂ ਕਹਾਣੀ ਦੇ ਉੱਪਰ ਟੀਵੀ ਧਾਰਾਵਾਹਿਕ ਵੀ ਬਣਿਆ ਗਾ ਅਤੇ ਗੁਲਬਾਨੋ ਚੌਖਟ ਮਾਮੀ ਉੱਤੇ ਟੈਲੀਫਿਲਮਾਂ ਬਣ ਚੁੱਕੀਆਂ ਨੇ। ਇਹ ਵੀ ਧਿਆਨਯੋਗ ਜਾਣਕਾਰੀ ਹੈ ਗੁਲਬਾਨੋ ਚੌਖਟ ਅਤੇ ਮਾਮੀ ਉੱਤੇ ਟੈਲੀਫਿਲਮਾਂ ਬਣ ਚੁੱਕੀਆਂ ਨੇ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਗੱਲ ਕਰੀਏ। ਸਭ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਦੇਖਦੇ ਹਾਂ ਉਹਨਾਂ ਨੇ ਕਿਹੜੇ ਕਿਹੜੇ ਲਿਖੇ ਨੇ। ਸਭ ਤੋਂ ਪਹਿਲਾਂ ਆਉਂਦਾ ਜੀ ਕਸਾਈਵਾੜਾ, ਉਸ ਤੋਂ ਬਾਅਦ ਗੁਲਬਾਨੋ, ਮਹਿਕ ਦੀ ਮੌਤ, ਬੁੱਤ ਸ਼ਿਕਨ, ਫਾਲਤੂ ਔਰਤ, ਸਾਵੀਆਂ ਚਿੜੀਆਂ, ਮੌਤ ਅਲੀ ਬਾਬੇ ਦੀ, ਨਾ ਮਾਰੋ, ਨਵੰਬਰ 84, ਕਾਲੇ ਖੂਹ, ਆਪਣੇ ਆਪਣੇ ਜੰਗਲ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ। ਕਹਾਣੀਆਂ ਤੋਂ ਇਲਾਵਾ ਉਹਨਾਂ ਨੇ ਨਾਵਲ ਵੀ ਲਿਖੇ ਨੇ। ਨਾਵਲਾਂ ਦੇ ਵਿੱਚ ਧੁੱਪ ਵਾਲਾ ਸ਼ਹਿਰ, ਪੋਸਟਮਾਰਟਮ, ਗੌਰੀ, ਕੱਟੀਆਂ ਲਕੀਰਾਂ, ਟੁੱਟੇ ਤ੍ਰਿਕੋਣ, ਧੂੰਆਂ ਧੂੰਆਂ ਆਸਮਾਨ ਉਹਨਾਂ ਦੇ ਚਰਚਿਤ ਨਾਵਲ ਨੇ ਅਤੇ ਹੌਂਕੇ ਦੀ ਹਨੇਰੀ ਇਹ ਵੀ ਉਹਨਾਂ ਦਾ ਨਾਵਲ ਹੈ ਜੀ। ਉਸ ਤੋਂ ਬਾਅਦ ਆਤਮਕਥਾ ਦੇ ਵਿੱਚ ਖਾਨਾ ਬਦੋਸ਼ ਪਹਿਲਾ ਖੰਡ ਅਤੇ ਕੂੜਾ ਕਬਾੜਾ ਦੂਜਾ ਖੰਡ, ਇਹ ਦੋ ਭਾਗ ਨੇ ਉਹਨਾਂ ਦੀਆਂ ਆਤਮਕਥਾਵਾਂ ਦੇ, ਖਾਨਾ ਬਦੋਸ਼ ਅਤੇ ਕੂੜਾ ਕਬਾੜਾ। ਅਤੇ ਤਕੀ ਦਾ ਪੀਰ ਉਹਨਾਂ ਦਾ ਯਾਦਾਂ ਦਾ ਸੰਗ੍ਰਹਿ ਹੈਗਾ। ਅਤੇ ਯਾਤਰਾ ਬਿਰਤਾਂਤ ਦੇ ਵਿੱਚ ਕੱਚੇ ਰੰਗਾਂ ਦਾ ਸ਼ਹਿਰ ਲੰਡਨ, ਉਹਨਾਂ ਨੇ ਅਨੁਵਾਦ ਦੇ ਵਿੱਚ ਵੀ ਕੰਮ ਕੀਤਾ। ਅਨੁਵਾਦ ਦੇ ਵਿੱਚ ਸਤੀ ਸੀਤਾ ਕਾਂਤ ਮਹਾਪਾਤਰ ਦੀਆਂ ਕਵਿਤਾਵਾਂ, ਰਮਾ ਕਾਂਤ ਰਾਤ ਦੀਆਂ ਕਵਿਤਾਵਾਂ ਦਾ ਅਨੁਵਾਦ, ਇਸੇ ਤਰ੍ਹਾਂ ਸਾਹਿਤ ਅਕਾਦਮੀ ਲਈ ਕੁਲਵੰਤ ਸਿੰਘ ਵਿਰਕ ਉੱਤੇ ਕਿਤਾਬ ਉਹਨਾਂ ਨੇ ਲਿਖੀ ਹੈਗੀ। ਅਤੇ ਮਾਣ ਸਨਮਾਨ ਦੀ ਗੱਲ ਕਰੀਏ ਤਾਂ 1979 ਦੇ ਵਿੱਚ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ, 1983 ਦੇ ਵਿੱਚ ਪੰਜਾਬੀ ਅਕਾਦਮੀ ਦਿੱਲੀ ਦਾ ਸਾਹਿਤ ਇਨਾਮ ਅਤੇ 1985 ਦੇ ਵਿੱਚ ਖਾਨਾ ਬਦੋਸ਼ ਆਤਮਕਥਾ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੁੰਦਾ। ਬਹੁਤ ਇੰਪੋਰਟੈਂਟ ਹੈ ਜੀ 1985 ਦੇ ਵਿੱਚ ਖਾਨਾ ਬਦੋਸ਼ ਦੇ ਲਈ। ਅਤੇ ਇੱਕ ਉਹਨਾਂ ਦਾ ਦੂਜਾ ਭਾਗ ਆਤਮਕਥਾ ਦਾ ਕੂੜਾ ਕਬਾੜਾ, ਅਤੇ ਖਾਨਾ ਬਦੋਸ਼ ਨੂੰ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੁੰਦਾ। 1986 ਦੇ ਵਿੱਚ ਬਾਬਾ ਬਲੀ ਅਵਾਰਡ, 1999 ਦੇ ਵਿੱਚ ਭਾਰਤੀ ਭਾਸ਼ਾ ਪ੍ਰੀਸ਼ਦ ਇਨਾਮ ਪ੍ਰਾਪਤ ਹੁੰਦੇ ਨੇ। ਅੱਗੇ ਉਹਨਾਂ ਦੀਆਂ ਪ੍ਰਮੁੱਖ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੀ ਗੱਲ ਕਰਦੇ ਹਾਂ ਜੀ, ਕਿਹੜੀਆਂ ਕਿਹੜੀਆਂ ਕਹਾਣੀਆਂ ਸ਼ਾਮਿਲ ਨੇ। ਸਭ ਤੋਂ ਪਹਿਲਾਂ ਮਹਿਕ ਦੀ ਮੌਤ ਕਹਾਣੀ ਸੰਗ੍ਰਹਿ 'ਚ ਸ਼ਾਮਿਲ ਕਹਾਣੀਆਂ ਨੇ। ਇੱਕ ਮਰਿਆ ਹੋਇਆ ਪਲ, ਮਾਂ ਪੁੱਤਰ, ਮਿਸੇ ਸੇਠੀ, ਵੈਰਨ, ਸੂਹਾ ਸਾਲੂ, ਮਹਿਕ ਦੀ ਮੌਤ, ਬੁੱਤ ਸ਼ਿਕਨ, ਮਾਮੀ, ਆਂਦਰਾ, ਹਾਟ ਵਾਟਰ ਵਾਟਲ, ਇੱਕ ਪੋਰਟਰੇਟ, ਮਹਿਕ ਦੀ ਮੌਤ ਕਹਾਣੀ ਸੰਗ੍ਰਹਿ 'ਚ ਸ਼ਾਮਿਲ ਕਹਾਣੀਆਂ ਨੇ। ਅਗਲਾ ਕਹਾਣੀ ਸੰਗ੍ਰਹਿ ਸਾਡੇ ਕੋਲ ਹੈ ਜੀ ਸਾਵੀਆਂ ਚਿੜੀਆਂ। ਸਾਵੀਆਂ ਚਿੜੀਆਂ ਦੇ ਵਿੱਚ ਕਹਾਣੀਆਂ ਸ਼ਾਮਿਲ ਨੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਗੁਲਬਾਨੋ, ਖੋਪੇ ਦੀ ਠੂਠੀ, ਕਮਰਾ ਨੰਬਰ 8, ਦਿਓਰ ਭਾਬੀਆਂ, ਮਹਿਕ ਦੀ ਮੌਤ, ਸੂਲੀ ਉੱਤੇ ਲਟਕਦੇ ਪਲ, ਫਾਲਤੂ ਔਰਤ, ਇੱਕ ਮਰਿਆ ਹੋਇਆ ਪਲ, 5 ਰੁਪਏ ਵਾਲਾ ਕੰਮ, ਹਾਟ ਵਾਟਰ ਵਾਟਲ, ਬੁੱਤ ਸ਼ਿਕਨ ਅਤੇ ਮਾਮੀ, ਇਕੱਲ ਦਾ ਰੰਗ, ਸਾਵੀਆਂ ਚਿੜੀਆਂ, ਮਾਂ ਪੁੱਤਰ, ਇੱਕ ਪੋਰਟਰੇਟ ਹੈ ਜਿਹੜੀਆਂ ਕਹਾਣੀਆਂ ਨੇ। ਸਾਵੀਆਂ ਚਿੜੀਆਂ ਕਹਾਣੀ ਸੰਗ੍ਰਹਿ 'ਚ ਸ਼ਾਮਿਲ ਕਹਾਣੀਆਂ ਨੇ। ਅਗਲਾ ਕਹਾਣੀ ਸੰਗ੍ਰਹਿ ਸਾਡੇ ਕੋਲ ਹੈ ਜੀ ਆਪਣੇ ਆਪਣੇ ਜੰਗਲ। ਆਪਣੇ ਆਪਣੇ ਜੰਗਲ 'ਚ ਅੱਕ ਦੇ ਫੁੱਲ, ਅੱਧ ਅਸਮਾਨੀ ਚੀਲ ਦੀ ਚੀਖ, ਕੰਨੂ ਆਵਾਜ਼ ਸਿਰਫ ਕੇਤਲੀ ਦੀ, ਆਪਣੇ ਆਪਣੇ ਜੰਗਲ ਕਹਾਣੀਆਂ ਸ਼ਾਮਿਲ ਨੇ। ਅਗਲਾ ਕਹਾਣੀ ਸੰਗ੍ਰਹਿ ਸਾਡੇ ਕੋਲ ਆਉਂਦਾ ਜੀ ਨਵੰਬਰ 84 ਛੁੱਟੀ, ਸ਼ਹਿਰ ਨਹੀਂ, ਘੋਗਾ, ਮਿਲੀਆਂ ਵਾਲੀ ਕੋਠੜੀ, ਬਾਜੀ ਗਰਨੀ,
ਗਿੱਟੇ ਵਿੱਚ ਪੀੜ ਦਾਦ ਦੇਣ ਵਾਲੀ ਕਹਾਣੀਆਂ ਸ਼ਾਮਲ ਨੇ। ਉਸ ਤੋਂ ਬਾਅਦ ਇਸੇ ਕਹਾਣੀ ਸੰਗ੍ਰਹਿ ਦੇ ਵਿੱਚ ਹੀ ਇੱਕ ਸੀ ਕਮਲਾ ਮਹਿਰਾ, ਕਲਰਕ ਮਹਾਰਾਜ, ਧੁੰਦਲੀਆਂ ਯਾਦਾਂ ਦਾ ਲਾਭ ਕਹਾਣੀਆਂ ਨਵੰਬਰ 84 ਕਹਾਣੀ ਸੰਗ੍ਰਹਿ 'ਚ ਸ਼ਾਮਲ ਨੇ। ਅਗਲਾ ਕਹਾਣੀ ਸੰਗ੍ਰਹਿ ਸਾਡੇ ਕੋਲ ਆਉਂਦਾ ਜੀ ਮੌਤ ਅਲੀ ਬਾਬੇ ਦੀ। ਇਸ ਕਹਾਣੀ ਸੰਗ੍ਰਹਿ 'ਚ ਸਭ ਤੋਂ ਪਹਿਲਾਂ ਮੌਤ ਅਲੀ ਬਾਬੇ ਦੀ, ਨਿਊ ਈਅਰ, ਜੰਗਲੀ ਘੋੜੇ, ਆਖਰੀ ਦਿਨ, ਪਹਿਲੀ ਉਦਾਸੀ, ਇੱਕ ਹੋਰ ਫਾਲਤੂ ਔਰਤ, ਤੋਤਾ ਚਸ਼ਮ, ਜੂਠ, ਕਾਲੇ ਖੂਹ, ਦਾਦ ਦੇਣ ਵਾਲੇ, ਨਹੀਂ ਸਾਨੂੰ ਕੋਈ ਤਕਲੀਫ ਨਹੀਂ, ਕਾਲੀ ਚਿੜੀ ਤੇ ਮਹਾਭਾਰਤ, ਇੱਕ ਇਹ ਵੀ ਇਤਿਹਾਸ ਹੈ ਕਹਾਣੀਆਂ ਇਸ ਕਹਾਣੀ ਸੰਗ੍ਰਹਿ 'ਚ ਸ਼ਾਮਲ ਨੇ ਜੀ। ਸੋ ਇਹ ਸੀ ਅਜੀਤ ਕੌਰ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਸੰਖੇਪ 'ਚ ਜਾਣਕਾਰੀ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ, ਕੋਈ ਕੁਐਸਚਨ ਹੋਵੇ, ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਤੇ ਜੇਕਰ ਸਾਡਾ ਚੈਨਲ 'ਤੇ ਤੁਸੀਂ ਨਵੇਂ ਹੋ, ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤਾਂ ਕਿਰਪਾ ਕਰਕੇ ਉਹ ਚੈਨਲ ਵੀ ਸਬਸਕ੍ਰਾਈਬ ਕਰੋ, ਨਾਲ ਹੀ ਬੈੱਲ ਦਾ ਆਈਕੋਨ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਵੀਡੀਓ ਦਾ।